ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਹੈਡਿੰਗ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਪਬਲਿਕ ਨੋਟਿਸ ਹੈ ਜਿਹਦੇ ਵਿੱਚ ਆਂਗਣਵਾੜੀ ਦੀਆਂ ਡਿਫਰੈਂਟ ਪੋਸਟਾਂ ਅਨਾਉਂਸ ਹੋਈਆਂ ਠੀਕ ਹੈ ਜੀ 5000 ਸਮਥਿੰਗ ਆਈ ਥਿੰਕ ਪੋਸਟਾਂ ਇਹਦੇ ਵਿੱਚ ਜਿਹਦੇ ਵਿੱਚ ਆਪਾਂ ਪੂਰੀ ਐਡਵਰਟਾਈਜ਼ਮੈਂਟ ਨੂੰ ਡੀਟੇਲ ਵਿੱਚ ਡਿਸਕਸ ਕਰਦੇ ਹਾਂ ਤੇਵੇ ਦੱਸਿਆ ਹੈ ਪੰਜਾਬ ਰਾਜ ਵਿੱਚ 1016 ਆਂਗਣਵਾੜੀ ਵਰਕਰ ਠੀਕ ਹੈ ਜੀ ਮੇਨ 129 ਮਿੰਨੀ ਅੰਗਣਵਾੜੀ ਵਰਕਰ ਅਤੇ 4569 ਮਤਲਬ 4569 ਅੰਗਣਵਾੜੀ ਹੈਲਪਰਾਂ ਦੀਆਂ ਠੀਕ ਹੈ ਜੀ ਖਾਲੀ ਅਸਾਮੀਆਂ ਦੀ ਭਰਤੀ ਲਈ ਨਿਰੋਲ ਮਾਨਪੱਤੇ ਅਤੇ ਮੈਰਿਟ ਅਧਾਰ ਦੇ ਯੋਗ ਇਸਤਰੀ ਉਮੀਦਵਾਰ ਦੀ ਮਿਤੀ ਠੀਕ ਹੈ ਜੀ ਯਾਨੀ ਕਿ ਇਹ ਅੱਜ ਹੈ ਜਿਸ ਦਿਨ ਮੈਂ ਵੀਡੀਓ ਅਪਲੋਡ ਕਰਦਾ ਪਿਆ 17 ਫਰਵਰੀ ਤੋਂ ਲੈ ਕੇ 9 ਮਾਰਚ ਤੱਕ ਸ਼ਾਮ 5:00 ਵਜੇ ਤੱਕ ਆਨਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਸਾਮੀਆਂ ਸੰਬੰਧੀ ਵਿਸਤਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਠੀਕ ਹੈ ਜ਼ਿਲ੍ਹਾ ਵਾਰ ਅਸਾਮੀਆਂ ਦੀ ਗਿਣਤੀ ਮਤਲਬ ਡਿਸਟ੍ਰਿਕਟ ਵਾਈਜ਼ ਕਿੰਨੀਆਂ-ਕਿੰਨੀਆਂ ਕੀ ਕੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਰੱਖਵਾ ਕਾਰਨ ਚੋਣ ਵਿਧੀ ਕੀ ਹੈ ਮਤਲਬ ਪ੍ਰੋਸੈਸ ਕੀ ਹੈ ਸਿਲੈਕਸ਼ਨ ਦੀ ਆਦੀ ਵੇਰਵਾ ਉਸ ਐਡਵਰਟਾਈਜ਼ਮੈਂਟ ਵਿੱਚ ਅਵੇਲੇਬਲ ਹੈ ਸਮੇਤ ਅਰਜੀ ਫਾਰਮ ਵਿਭਾਗ ਦੀ ਵੈਬਸਾਈਟ ਵੈਬਸਾਈਟ ਦੱਸੀ ਹੈ ਜੀ sswd.punjab.gov.in ਠੀਕ ਹੈ ਜੀ ਆਨਲਾਈਨ ਰਜਿਸਟ੍ਰੇਸ਼ਨ ਹੋਣੀ ਹੈ ਕਿੱਦਾਂ ਹੋਣੀ ਹੈ ਪੂਰੀ ਵੀਡੀਓ ਆਪ ਅਪਲੋਡ ਕਰ ਦੋਗੇ ਉਸ ਤੋਂ ਉਸੇ ਦੇਖ ਲਿਓ ਪ੍ਰੋਸੈਸ ਵੇਰਵਾ ਕੀ ਹੈ ਅਤੇ ਸਬੰਧਿਤ ਜ਼ਿਲ੍ਹੇ ਦੀ ਵੈਬਸਾਈਟ ਦੇ ਉਪਲਬਧ ਹੈ ਜੋ ਵੀ ਤੁਹਾਡੇ ਜ਼ਿਲ੍ਹੇ ਦੀ ਹੈਗੀ ਹੈ ਜੀ ਅੰਗਣਵਾੜੀ ਵਰਕਰਾਂ ਦੀ ਵੈਬਸਾਈਟ ਜਾਂ ss डब्ल्यूसीडी के होते भी अवेलेबल है तो अलावा इस जानकारी ਲਈ ਸੰਬੰਧਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਕੀ ਦੱਸਿਆ ਯੋਗ ਉਮੀਦਵਾਰਾਂ ਵੱਲੋਂ ਬਿਨਾਂ ਪੱਤਰ ਕੇਵਲ ਇਲਾਕੇ ਨਾਲ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਿੰਟੂ ਸੇ ਸੀਡੀਪੀਓ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਠੀਕ ਹੈ ਜੀ ਆਫਲਾਈਨ ਵਿਧੀ ਰਾਹੀਂ ਅੰਤਿਮ ਮਿਤੀ ਸ਼ਾਮ 5 ਵਜੇ ਤੱਕ ਭੇਜੇ ਜਾ ਸਕਦੇ ਹਨ ਬਾਕੀ ਨਾਲ ਦੱਸਿਆ ਹੈ ਅ ਮਿਤੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ ਚਾਹੇ ਪੋਸਟਲ ਹੋਵੇ ਮੁੱਖ ਦਫ਼ਤਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਤੋਂ ਵਿਚਾਰ ਨਹੀਂ ਕੀਤਾ ਜਾਵੇਗਾ ਮੈਂ ਤੁਹਾਨੂੰ ਸੇ ਉਹਨਾਂ ਨੂੰ ਇਹਨਾਂ ਨੇ ਰਜੈਕਟ ਕਰ ਦੇਣਾ ਨੋਟ ਅਸਾਮੀਆਂ ਦੀ ਗਿਣਤੀ ਅ ਸੰਕੇਤ ਸਕੇਤਕ ਹੈ ਅਤੇ ਲੋਡ ਅਨੁਸਾਰ ਘਟ ਜਾਂ ਵਧ ਸਕਦੀ ਹੈ ਮਤਲਬ ਕਿ ਇਹਨਾਂ ਨੂੰ ਅ ਠੀਕ ਹੈ ਜੀ ਘਟਿਆ ਵੱਧ ਕੀਤਾ ਜਾ ਸਕਦਾ ਤੇ ਬਾਕੀ ਇਹਨਾਂ ਨੇ ਇੱਥੇ ਦੱਸਿਆ ਜੀ ਆਫਲਾਈਨ ਮੈਂ ਆਨਲਾਈਨ ਕਹਿ ਰਹੀ ਸੌਰੀ ਆਫਲਾਈਨ ਹੈ ਜੀ ਇੱਥੇ ਇਹਨਾਂ ਦੀ ਰਜਿਸਟ੍ਰੇਸ਼ਨ ਫਾਰਮ ਹੈ ਫਾਰਮ ਤੁਸੀਂ ਕਿੱਦਾਂ ਫਿਲ ਕਰਨਾ ਹੈ ਉਹ ਤੁਸੀਂ ਦੇਖ ਲੈਣਾ ਹੈ ਕੀ ਕੀ ਪ੍ਰੋਸੈਸ ਹੈ ਮੈਂ ਤੁਹਾਨੂੰ ਸਾਰਾ ਦੱਸ ਦੂੰਗਾ ਆਫਲਾਈਨ ਦੀ ਪ੍ਰੋਸੈਸ ਦੇ ਵਿੱਚ ਐਪਲੀਕੇਸ਼ਨ ਫਾਰਮ ਡਿਸਟ੍ਰਿਕਟ ਵਾਈਜ਼ ਅਲੱਗ-ਅਲੱਗ ਹੈ ਜਾਂ ਮਤਲਬ ਸੇਮ ਹੀ 올ਓਵਰ ਪੰਜਾਬ ਦੇ ਵਿੱਚ ਉਹ ਮੈਂ ਸਾਰਾ ਦੱਸ ਦੂੰਗਾ ਕੀ ਕੀ ਤੁਸੀਂ ਉਹਦੇ ਉੱਪਰ ਫਿਲ ਕਰਨਾ ਹੈ ਪੰਜਾਬੀ ਚ ਕਰਨਾ ਹੈ ਹਿੰਦੀ ਚ ਕਰਨਾ ਹੈ ਜਾਂ ਇੰਗਲਿਸ਼ ਚ ਕਰਨਾ ਹੈ ਸਾਰੇ ਡਟੇਲ ਮੈਂ ਤੁਹਾਨੂੰ ਦੱਸ ਦੂੰਗਾ ਅਤੇ ਨਾਲ ਤੁਸੀਂ ਕਿਹੜੇ-ਕਿਹੜੇ ਸਰਟੀਫਿਕੇਟ ਆਈਡੀ ਪ੍ਰੂਫ ਲਗਾ ਕੇ ਉਹਨਾਂ ਨੂੰ ਪੋਸਟ ਕਿੱਦਾਂ ਕਰਨਾ ਹੈ ਕਿੰਨੇ ਦੀ ਸਟੈਂਪ ਲੱਗਣੀ ਹੈ ਇਹ ਮੈਂ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰੂੰਗਾ ਜੋ ਕਿ ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਹੋਗੀ ਇਸ ਕਰਕੇ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਆਪਣੇ ਜੀਡੀ ਫਰੈਂਡਸ ਨਾਲ ਵੀ ਸ਼ੇਅਰ ਕਰਨਾ ਸੋ ਡਟੇ ਜਾਣਕਾਰੀ ਮੈਂ ਤੁਹਾਡ ਨਾਲ ਸ਼ੇਅਰ ਕੀਤੀ ਹੈ ਇਹ ਤੁਹਾਡੇ ਬਾਕੀ ਫਰੈਂਡਸ ਇਕ ਵੀ ਪਹੁੰਚ ਸਕੇ ਇਦਾਂ ਦੇ ਲੇਟੈਸਟ ਜੌਬ ਨੋਟੀਫਿਕੇਸ਼ਨ ਦੇ ਲਈ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਅਤੇ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਦੇ ਵਿੱਚ ਇਦਾਂ ਦੀਆਂ ਜਿੰਨੀਆਂ ਵੀ ਨਵੀਆਂ ਪੋਸਟ ਆਉਂਦੀਆਂ ਹਨ ਉਹਦਾ ਆਪਾਂ ਨੋਟੀਫਿਕੇਸ਼ਨਸ ਵਗੈਰਾ ਅਪਲੋਡ ਕਰਦੇ ਰਹਿੰਦੇ ਹਾਂ ਸੋ ਫਰੈਂਡਸ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫੋਰ ਫਿਊਚਰ ਅਪਡੇਟਸ ਐਂਡ ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ